YSD ਚੈਨਲ ਵੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ। ਪਲੀਜ਼ ਇਸ ਚੈਨਲ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ ਔਰ ਸਬਸਕ੍ਰਾਈਬ ਕਰੋ। ਅੱਜ ਅਸੀਂ ਗੱਲ ਕਰਦੇ ਹਾਂ ਮਟਰ ਪੁਲਾਓ ਦੀ। ਮਟਰ ਪੁਲਾਓ ਲਈ ਸਮਾਨ ਲਿਆ, ਗਾਜਰ, ਕੈਰਟਸ ਸਲਾਈਸ ਕੀਤੇ ਹੋਏ, ਅਨੀਅਨਸ ਸਲਾਈਸ ਕੀਤੇ ਹੋਏ, ਮਟਰ ਪੀਸ ਵਾਸ਼ ਕੀਤੇ ਹੋਏ ਆ ਸਾਰੇ, ਬੇ ਲੀਫ, ਤੇਜ ਪੱਤਾ, ਹਰੀ ਮਿਰਚ, ਦੇਸੀ ਘਿਓ, ਜ਼ੀਰਾ, ਕਿਊਮਨ ਸੀਡਸ, ਲੌਂਗ, ਕਲੋਵਸ ਅਤੇ ਰਾਈਸ ਵਾਸ਼ ਕੀਤੇ ਹੋਏ। ਚਲੋ ਜੀ, ਅੱਜ ਆਪਾਂ ਸਟਾਰਟ ਕਰਦੇ ਹਾਂ ਰਾਈਸ ਪੁਲਾਓ ਬਣਾਉਣਾ। ਹਾਂਜੀ, ਆਪਾਂ ਹੁਣ ਦੇਸੀ ਘਿਓ ਨੂੰ ਗਰਮ ਕਰਾਂਗੇ ਪਹਿਲਾਂ, ਕਿਉਂਕਿ ਸਰਦੀ ਦਾ ਮੌਸਮ ਆ ਗਿਆ, ਥੋੜ੍ਹਾ ਜੰਮ ਜਾਂਦਾ। ਘਿਓ ਗਰਮ ਹੋ ਚੁੱਕਿਆ, ਹੁਣ ਇਹਦੇ ਵਿੱਚ ਪਾਵਾਂਗੇ ਜ਼ੀਰਾ, ਕਿਊਮਨ ਸੀਡਸ, ਤੇਜ ਪੱਤਾ, ਬੇ ਲੀਫ, ਲੌਂਗ, ਚਾਰ ਪੰਜ ਕਲੋਵਸ, ਇਹਨੂੰ ਹਲਕਾ ਜਿਹਾ ਫਰਾਈ ਕਰਾਂਗੇ, ਭੁੰਨਾਂਗੇ। ਫਿਰ ਇਹਦੇ ਵਿੱਚ ਸਲਾਈਸ ਕੀਤਾ ਹੋਇਆ ਅਨੀਅਨ, ਪਿਆਜ਼ ਉਹ ਪਾਵਾਂਗੇ, ਅਤੇ ਇਹਨੂੰ ਪਿੰਕ ਹੋਣ ਤੱਕ ਫਰਾਈ ਕਰਾਂਗੇ। ਪਿਆਜ਼ ਫਰਾਈ ਹੋ ਚੁੱਕਿਆ, ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੇ ਮਟਰ, ਗਾਜਰ ਵਾਸ਼ ਕੀਤੇ ਹੋਏ ਅੱਛੀ ਤਰ੍ਹਾਂ, ਰਾਈਸ ਹਰੀ ਮਿਰਚ ਆਪਾਂ ਸਾਬੁਤ ਪਾਵਾਂਗੇ, ਕਿਉਂਕਿ ਅਗਰ ਕੱਟ ਕੇ ਪਾਵਾਂਗੇ ਤਾਂ ਜ਼ਿਆਦਾ ਕੌੜੀ ਹੋ ਜਾਏਗੀ, ਬਸ ਆਪਾਂ ਸਿਰਫ ਇਹਦਾ ਫਲੇਵਰ ਦੇਣਾ, ਇਸ ਲਈ ਇਹਨੂੰ ਸਾਬੁਤ ਹੀ ਪਾਵਾਂਗੇ। ਤੁਸੀਂ ਆਪਣੀ ਟੇਸਟ ਅਕੋਰਡਿੰਗ ਚਾਰ ਪੰਜ ਹੋ ਪਾ ਸਕਦੇ ਹੋ, ਜਾਂ ਨਹੀਂ ਵੀ ਪਾਉਣੀ ਚਾਹੁੰਦੇ ਤਾਂ। ਰਾਈਸ 'ਚ ਆਪਾਂ ਰਾਈਸ ਤੋਂ ਡਬਲ ਪਾਣੀ ਲਵਾਂਗੇ, ਜੇ ਇੱਕ ਬਾਊਲ ਰਾਈਸ ਦਾ ਹੈ ਤਾਂ ਦੋ ਬਾਊਲ ਪਾਣੀ ਦੇ ਪੈਣਗੇ। ਨਮਕ ਆਪਣੇ ਸਵਾਦ ਅਨੁਸਾਰ, ਇਹਦੇ ਵਿੱਚ ਇੱਕ ਨਿੰਬੂ ਦਾ ਜੂਸ ਕੱਢ ਕੇ ਪਾਵਾਂਗੇ, ਪਰ ਇਹਨੂੰ ਥੋੜ੍ਹਾ ਜਿਹਾ ਉਬਾਲ ਆਉਣ 'ਤੇ, ਤਾਂ ਕਿ ਉਹਦੇ ਨਾਲ ਖਿੜੇ ਖਿੜੇ ਬਣ ਕੇ ਜੁੜੇ ਜਿਹੇ ਨਹੀਂ ਹੋਣ। ਲੈਮਨ ਜੂਸ, ਇੱਕ ਨਿੰਬੂ ਦਾ, ਆਪਣਾ ਹੁਣ ਰੈਡੀ ਹੋ ਚੁੱਕਿਆ ਇਹ ਬਣਨ ਲਈ। ਧਿਆਨ ਰੱਖਿਓ ਇਹਦੇ ਬੀਜ ਨਾ ਵਿੱਚ ਚਲੇ ਜਾਣ। ਹੁਣ ਆਪਾਂ ਇਹਦਾ ਢੱਕਣ ਲਗਾ ਦਿੰਦੇ। ਪ੍ਰਾਈਸ ਦੇ ਅਕੋਰਡਿੰਗਲੀ ਦੋ ਤੋਂ ਤਿੰਨ ਸੀਟੀ ਬਹੁਤ ਹੁੰਦੀ ਆ।
जी, अपन गैस बंद कर दिया, अपन खोल के देखते हैं। चलो ये अपनी राइस रेडी है, हम आप प्लेट च पावे सर्व करने लिए। हाँ जी, अपना राइस पुलाव रेडी है जी खाने लिए। कमेंट करके दसना किदा का बनिया, तो तुसी भी ट्राई करना कि काफ़ी वेजिटेबल्स पै जाने ने, हेल्दी हो जाता है। चलो जी, मिलते हैं अगले वीडियो, तद तक लिए हंसते बसते रहो। सत श्री अकाल।